ਹਾਂਜੀ ਸਟੂਡੈਂਟਸ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਉੱਪਰ ਸਟੂਡੈਂਟਸ ਸਭ ਤੋਂ ਪਹਿਲਾਂ ਤੁਹਾਡੇ ਲਈ ਜਾਣਕਾਰੀ ਹੈ ਕਿ PS टेट ਦੀ ਅਫੀਸ਼ੀਅਲ ਆਨਸਰ ਕੀ ਦੀਆਂ ਤਰੀਕਾਂ ਦੇ ਵਿੱਚ ਤਬਦੀਲੀ ਕੀ ਹੈ ਇਹ ਜਾਣਕਾਰੀ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਆਪਕੇ ਆਲ ਨੋਟੀਫਿਕੇਸ਼ਨ ਤੇ ਕਲਿੱਕ ਜਰੂਰ ਕਰ ਦਿਓ ਇਸ ਦੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਸਟੂਡੈਂਟਸ ਨੂੰ ਕਾਫੀ ਟੈਨਸ਼ਨ ਹੈ ਕਿ ਆਨਸਰ ਕਿਉਂ ਨਹੀਂ ਆ ਰਹੀ ਜਾਂ ਇਸ ਦੇ ਵਿੱਚ ਕੀ ਦਿੱਕਤ ਆ ਗਈ ਕਿਤੇ ਪੇਪਰ ਕੈਂਸਲ ਤਾਂ ਨਹੀਂ ਹੋਣਾ ਸਾਰੀ ਜਾਣਕਾਰੀ ਦੇਵਾਂਗੇ ਇਸ ਦੇ ਨਾਲ ਹੀ ਇਸ ਚੈਨਲ ਦੇ ਉੱਪਰ ਆਪਾਂ ਪੰਜਾਬ ਜੀਕੇ ਦੀ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਇੱਕ ਵੀਡੀਓ ਪਾਈ ਹੋਈ ਹੈ ਇੱਕ ਅੱਜ ਪਾਵਾਂਗੇ ਡੇਲੀ ਦੀ ਇੱਕ ਵੀਡੀਓ ਆਇਆ ਕਰੇਗੀ ਇਸ ਦੇ ਨਾਲ ਹੀ ਪੀਐਸਟੈਟ 2022 ਦੀ ਤਿਆਰੀ ਵੀ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ UGC NET, CTET ਇਹਨਾਂ ਦੀ ਤਿਆਰੀ ਵੀ ਆਪਣੇ ਇਸੇ ਚੈਨਲ ਉੱਪਰ ਬਿਲਕੁਲ ਮੁਫਤ ਵਿੱਚ ਆਪਾਂ ਕਰਵਾਵਾਂਗੇ। ਹਾਂਜੀ ਹੁਣ ਆਪਾਂ ਤੁਹਾਨੂੰ ਦਿੰਨੇ ਆ ਜਾਣਕਾਰੀ ਕਿ ਕੀ ਹੈ ਇਹ ਨਵੀਂ ਜਾਣਕਾਰੀ ਅਨਸਰ ਕੀ ਦੇ ਸਬੰਧੀ। ਨਵੀਂ ਖਬਰ ਸਾਹਮਣੇ ਆਈ ਹੈ ਇਹ ਖਬਰ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਰੀਆਂ ਪ੍ਰੀਖਿਆਵਾਂ ਦੇ ਵਿੱਚ ਹੀ ਦੇਰੀ ਹੋ ਰਹੀ ਹੈ। ਇੱਥੇ ਜਿਹੜੀ PS TET ਦੀ ਪ੍ਰੀਖਿਆ ਉਸ ਦੀ ਗੱਲ ਆਪਾਂ ਕਰ ਰਹੇ ਹਾਂ ਜੋ 24 ਦਸੰਬਰ ਨੂੰ ਪੇਪਰ ਹੋਇਆ ਸੀਗਾ PS TET ਪੇਪਰ 1 ਪੇਪਰ 2 ਦਾ। ਇੱਥੇ ਉਮੀਦਵਾਰਾਂ ਨੇ ਗੱਲ ਕਹੀ ਹੈ ਕਿ ਹਫਤੇ ਤੋਂ ਵੀ ਵੱਧ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਹਜੇ ਤੱਕ ਕੋਈ ਵੀ ਉੱਤਰ ਕੁੰਜੀ ਹੈ ਜਿਹਨੂੰ ਆਪਾਂ ਆਨਸਰ ਕੀ ਕਹਿੰਦੇ ਆ ਉਹ ਨਹੀਂ ਪਾਈ ਗਈ ਅਤੇ ਇਸ ਕਾਰਨ ਉਮੀਦਵਾਰਾਂ ਨੂੰ ਪੀਐਸਟ ਟੈਟ ਕੁਆਲੀਫਾਈ ਕਰਨ ਤੋਂ ਬਾਅਦ ਲਏ ਜਾਂਦੀਆਂ ਦੂਜੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ ਹਾਂਜੀ ਇਹ ਗੱਲ ਕਹਿ ਰਹੇ ਹੈਗੇ ਜਿਹੜੇ ਕੈਂਡੀਡੇਟਾਂ ਨੇ ਪੇਪਰ ਦਿੱਤਾ ਹੋਇਆ ਕਿਉਂਕਿ ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਕੁਝ ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ 1280 ਮਾਸਟਰਾਂ ਦੀਆਂ ਜਿਹੜੀਆਂ ਭਰਤੀਆਂ ਆ ਉਹ ਕੱਢੀਆਂ ਗਈਆਂ ਸੀਗੀਆਂ 1280 ਟੋਟਲ ਮਾਸਟਰ ਕੈਡਰ ਈਟੀਟੀ ਬੀਐਡ ਫਿਜ਼ੀਕਲ ਇਹ ਸਾਰਿਆਂ ਦੇ ਲਈ ਰੱਖਣੀਆਂ ਸੀਗੀਆਂ ਸੋ ਉਹਨਾਂ ਦਾ ਵੀ ਹਜੇ ਤੱਕ ਫੁੱਲ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਉਸ ਦੇ ਵਿੱਚ ਵੀ ਬਹੁਤ ਦੇਰੀ ਹੋ ਰਹੀ ਹੈ ਔਰ ਪੀਐਸਟੈਟ ਦਾ ਰਿਜ਼ਲਟ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਕਿਉਂ ਹੋ ਰਹੀ ਹੈ ਹੁਣ ਤੁਹਾਨੂੰ ਉਹ ਜਾਣਕਾਰੀ ਦਿੰਨੇ ਆ ਹਾਂਜੀ ਜਦੋਂ ਆਪਾਂ نیچے ਜਾਂਦੇ ਆ ਤਾਂ ਇੱਥੇ ਇੱਕ ਲਿਖਿਆ ਹੋਇਆ ਹੈ ਕਿ ਹੜਤਾਲ ਦੇ ਕਾਰਨ ਹੋ ਰਹੀ ਹੈ ਦੇਰੀ ਪ੍ਰੀਖਿਆ ਕੰਟਰੋਲਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਸਟਾਫ ਦੀ ਹੜਤਾਲ ਦੇ ਕਾਰਨ ਪੰਜਾਬ ਰਾਜ ਯੋਗਤਾ ਪ੍ਰੀਖਿਆ ਜਿਸ ਨੂੰ ਆਪਾਂ ਪੀਟੈਟ ਜਾਂ ਪੀਐਸਟੈਟ ਕਹਿੰਦੇ ਆਂ ਦੀ ਉੱਤਰ ਕੁੰਜੀ ਜਾਰੀ ਨਹੀਂ ਹੋ ਸਕੀ ਹੜਤਾਲ ਖਤਮ ਹੋਣ ਅੰਪ੍ਰਤ ਹੀ ਜਿਹੜੀ ਕੁੰਜੀ ਹੈ ਉਹ ਜਾਰੀ ਕਰ ਦਿੱਤੀ ਜਾਵੇ ਕਿ ਉਮੀਦਵਾਰਾਂ ਨੂੰ ਹੋ ਰਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਦੋਸਤੋ ਸਭ ਤੋਂ ਪਹਿਲਾਂ ਤਾਂ ਹੜਤਾਲ ਚੱਲ ਰਹੀ ਹੈ ਜੀ ਹਜੇ ਅਨਸਰ ਕੀ ਨਹੀਂ ਆਏਗੀ। ਸਾਫ਼ ਹੋ ਗਿਆ। ਦੂਜੀ ਗੱਲ ਜਿਹੜੇ ਸਟੂਡੈਂਟਸ ਨੂੰ ਇਹ ਟੈਨਸ਼ਨ ਹੈ ਕਿ ਭਾਈ ਅਸੀਂ ਪੇਪਰ ਦੀ ਤਿਆਰੀ ਕਿਵੇਂ ਕਰਾਂਗੇ ਮਾਸਟਰ ਕੈਡਰ ਦੀ ਭਰਤੀ ਆਈ ਹੋਈ ਹੈ। ਬੇਫਿਕਰ ਹੋ ਜਾਓ ਜਿੰਨਾ ਚਿਰ ਇਹ ਨਹੀਂ ਕਲੀਅਰ ਹੁੰਦਾ ਉਹਨਾਂ ਚਿਰ ਉਹ ਵੀ ਨਹੀਂ ਹੁੰਦਾ। ਠੀਕ ਹੈ ਜਿੰਨਾ ਚਿਰ ਇਹਦਾ ਆਨਸਰ ਕੀ ਰਿਜ਼ਲਟ ਨਹੀਂ ਤਿਆਰ ਹੁੰਦਾ ਉਨਾਂ ਚਿਰ ਉਹਦਾ ਨੋਟੀਫਿਕੇਸ਼ਨ ਵਿੱਚ ਜਾਰੀ ਨਹੀਂ ਹੁੰਦਾ ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪੀਐਸ ਟੈਟ ਬਹੁਤ ਵਧੀਆ ਹੋਇਆ ਹੈ ਤਾਂ ਤੁਸੀਂ ਮਾਸਟਰ ਕੇਡਰ ਦੀ ਤਿਆਰੀ ਸ਼ੁਰੂ ਕਰ ਦਿਓ ਹਾਂਜੀ ਮਾਸਟਰ ਕੇਡਰ ਦੀ ਤਿਆਰੀ ਸ਼ੁਰੂ ਕਰ ਦਿਓ ਤੁਹਾਡੀ ਭਰਤੀ ਤਾਂ ਹੋਣੀ ਹੈ ਜੇ ਪੀਐਸ ਟੈਟ ਕਲੀਅਰ ਨਾ ਹੋਇਆ ਤਾਂ ਮਾਸਟਰ ਕੇਡਰ ਵਾਲੀ ਤਿਆਰੀ ਪੀਐਸ ਟੈਟ ਦੇ ਵਿੱਚ ਕੰਮ ਆ ਜਾਏਗੀ ਜੇਕਰ ਪੀਐਸ ਟੈਟ ਕਲੀਅਰ ਹੋ ਗਿਆ ਤਫਰ ਮਾਸਟਰ ਕੈਡਰ ਦੇ ਲਈ ਤਿਆਰੀ ਆ ਜਾਏਗੀ ਸੋ ਇਸ ਚੀਜ਼ ਦਾ ਖਿਆਲ ਰੱਖੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਦੋਸਤਾਂ ਮਿੱਤਰਾਂ ਤੱਕ ਜਿਹੜੀ ਇਹ ਜਾਣਕਾਰੀ ਆ ਉਹ ਪਹੁੰਚ ਜਾਵੇ ਕਿਉਂਕਿ ਬਹੁਤ ਸਾਰੇ ਦੋਸਤ ਟੈਨਸ਼ਨ ਲਈ ਬੈਠੇ ਆ ਵੀ ਆਨਸਰ ਕੀ ਕਿਉਂ ਨਹੀਂ ਆ ਰਹੀ ਸੋ ਆਨਸਰ ਕੀ ਤੇ ਹਾਲੇ ਟਾਈਮ ਲੱਗੇਗਾ ਉਮੀਦ ਕਰਦੇ ਹਾਂ ਜਦੋਂ ਹੀ ਆਨਸਰ ਕੀ ਆਉਂਦੀ ਹੈ ਤੁਹਾਨੂੰ ਇਸੇ ਚੈਨਲ ਉੱਪਰ ਆਪਾਂ ਵੀਡੀਓ ਬਣਾ ਕੇ ਦੱਸ ਦੇਵਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਉੱਪਰ ਨਾਲ ਨੋਟੀਫਿਕੇਸ਼ਨ ਤੇ ਕਲਿੱਕ ਕਰ ਦਿਓ ਅੱਜ ਲਈ ਇੰਨਾ ਹੀ ਮਿਲਦੇ ਹਾਂ ਕਿਸੇ